ਸਿਕਾਲ ਜੀ ਵੈਲਕਮ ਕਰਦੇ ਹਾਂ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਚੱਲੇ ਆ ਅਵਲ ਨੂੰ ਮਿਲਣ ਅਵਲ ਦਾ ਜਗਾ ਲਾਸਟ ਡੇ ਇੰਡੀਆ ਦੇ ਵਿੱਚ ਇਸ ਤੋਂ ਬਾਅਦ ਅਵਲ ਸਿੱਧਾ ਜਾਊਗਾ ਜਰਮਨ ਹਾਂ ਅੱਜ ਰਾਤ ਦੀ ਫਲਾਈਟ ਹੈ ਅਵਲ ਦੀ ਤੇ ਅਵਲ ਨੂੰ ਚੱਲੇ ਮਿਲਣ ਬੜੇ ਗੈਸਟ ਆ ਰਹੇ ਉੱਥੇ ਮਿਲਣ ਅਵਲ ਨੂੰ ਕੀ ਕਰੀ ਅਵਲ ਦੀ ਫੈਨ ਫੋਲੋਇੰਗ ਵੀ ਬੜੀ ਤੇ ਅਨੰਦ ਕੱਲ ਨਾਲ ਹੀ ਚੱਲ ਗਈ ਉਹਨਾਂ ਦੇ ਕੱਲ ਇੱਥੇ ਨਾਨੂ ਪਿੰਡ ਆਇਆ ਹੈ ਅਵਲ ਮਿਲਣ ਆਪਣੇ ਅੱਜ ਸਾਡੀ ਵੀ ਤਿਆਰੀ ਆ ਉਹ ਸਾਰੇ ਜਣੇ ਰੈਡੀ ਹੋ ਕੇ ਬਹਿ ਗਏ ਆ ਉਹ ਗੱਡੀ ਵੀ ਤਿਆਰ ਆ ਤੇ ਚੱਲੀਏ ਆਪਾਂ ਬੱਦਲ ਵੀ ਹੋ ਗਿਆ ਮੌਸਮ ਵੇ ਬਾਰਿਸ਼ ਵੀ ਹੋਣ ਡਈ ਆ ਅਵਲ ਦੇ ਜਾਣ ਦੀ ਖੁਸ਼ੀ ਬਾਰਿਸ਼ ਹੋਣ ਡਈ ਉਦਣ ਵੀ ਹੋਣ ਡਈ ਤੇ ਅੱਜ ਵੀ ਹੋਣ ਡਈ ਚਲੋ ਆ ਜਾਓ ਮਿਲਦੇ ਹਾਂ ਹੁਣ ਅਵਲ ਕੋਲ ਅਨਹਦ ਅੱਜ ਅਵਲ ਨੇ ਚੱਲ ਜਾਣਾ ਜੀ ਅੱਜ ਰਾਤ ਨੂੰ ਫਲਾਈਟ ਹੀ ਅਵਲ ਦੀ ਤੂੰ ਨਾਲ ਚੱਲ ਜਾਏਂਗਾ ਤੂੰ ਕੱਲ ਸਾਡੇ ਨਾਲ ਹੀ ਕੱਲ ਨੂੰ ਨਾਲ ਹੀ ਭੱਜ ਆਇਆ ਇਹਨਾਂ ਦੇ ਹੜ ਕੋ ਰਿਆ ਆਹੋ ਇਹ ਬਾਹਰੋਂ ਨਾਲ ਹੀ ਤੁਹਾਡੇ ਆਈ ਨੀ ਹਨਾ ਨਾ ਉਹ ਤੇਰੀ ਫਰੈਂਡ ਵੀ ਆਈ ਉਹਨੂੰ ਮਿਲਿਆ ਕੱਲ ਦੀਆਂ ਖੇਡਣ ਡਈਆਂ ਇਕੱਠੀਆਂ ਹਨਾ ਤੁਸੀਂ ਅੱਛਾ ਹੋਰ ਨਵੇਂ ਕਿਹੜੇ ਫਰੈਂਡ ਬਣੇ ਅੱਛਾ ਅੱਛਾ ਕੋਈ ਗੱਲ ਨੀ ਪੁਰਾਣੇ ਥੋੜੀ ਛੱਡ ਦੇਈਦੇ ਜੇ ਨਵੇਂ ਫਰੈਂਡ ਬਣਾਈਏ ਨਹੀਂ ਨਹੀਂ ਇਹ ਗਲਤ ਗੱਲ ਹੈ ਪੁਰਾਣੇ ਜਿਹੜੇ ਹੁੰਦੇ ਨਾ ਪੁਰਾਣੇ ਫਰੈਂਡ ਜਿਹੜੇ ਹੁੰਦੇ ਨਾ ਉਹ ਸਦਾ ਨਾਲ ਹੀ ਰਹਿੰਦੇ ਤੈਨੂੰ ਪਤਾ ਨਵੇਂ 9 ਦਿਨ ਹੁੰਦੇ ਤੇ ਪੁਰਾਣੇ 100 ਦਿਨ ਹੁੰਦੇ ਤੈਨੂੰ ਪਤਾ ਪੁਰਾਣੇ ਫਰੈਂਡ ਨਵੇਂ ਮਿਲ ਜਾਂਦੇ ਪੁਰਾਣੇ ਕਦੀ ਨਹੀਂ ਛੱਡੀਦੇ ਦੀਦੀ ਵੀ ਆਈ ਮੰਮਾ ਪਤਾ ਨੀ ਲੱਗਾ ਵਧੀਆ ਲੱਗਦੀ ਤੇਰੀ ਚੀਜ਼ ਮੈਨੂੰ ਮਹਾ ਲੱਭ ਗਈ ਮਾਂ ਆਂਟੀ ਨੂੰ ਨਾਲ ਲੈ ਕੇ ਆਉਣਾ ਸਲਿਪ ਪੌੜੀਆਂ ਬੜੀਆਂ ਸਲਿਪ ਕਰਦੀਆਂ ਪਹੁੰਚ ਗਏ ਟੀ ਪਾਰਟੀ ਹੋ ਗਈ ਹੈ ਸ਼ੁਰੂ ਸਵਾਦ ਹੈ ਨਹੀਂ ਤੂੰ ਸਤਿ ਸ਼੍ਰੀ ਅਕਾਲ ਜੀ ਆਹ ਪ੍ਰਾਹੁਣੇ ਹੋ ਗਏ ਲੇਟ ਕੌਣ ਆਇਆ ਅਵਲ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਹੋ ਠੀਕ ਆ ਇਹ ਪ੍ਰਾਹੁਣੇ ਲੇਟ ਹੋ ਗਏ ਸੀ ਤੁਸੀਂ ਕਿਉਂ ਲੇਟ ਹੋਏ ਮੀਂਹ ਬੜਾ ਪੈਂਦਾ ਪੈਣ ਨਹੀਂ ਦਿਆ ਉਹਨੂੰ ਹੋਣਾ ਡਿਆ ਸਤਿ ਸ਼੍ਰੀ ਅਕਾਲ ਮੈਂ ਵੀ ਕੰਮ ਦੇ ਸੀ
ਮੀਂਹ ਪੈਂਦਾ ਹੀ ਤੁਰ ਕੇ ਹੋਣਾ ਤੁਸੀਂ ਮੈਂ ਦੱਸ ਚੁੱਕਾ ਹਾਂ ਅਨੰਦ ਰੋਂਦੀ ਆ ਅਵਲ ਨੇ ਚੱਲ ਜਾਣਾ ਨਾ अवल कल तू आया ना मिलने पिंड अज सारे जने तेन आ गए मिलना है नाले तेन चढ़ाने अवल नूं खुंडी बड़ी पसंद आई थोड़ा जा वड्डा है तेरे यो वज्जा करनी है हना हुण नहीं रोना रोना नहीं कल रोलिया अज नहीं रोना फिर रोंदा भी है नहीं नहीं पार्टी करोगे ठीक है सदोगे नानके मैं रोई नहीं ना कुड़ी चंगी तरह ਲੈ ਮੈਂ ਤਾਂ ਅੱਜ ਫਲਾਈਟ ਹੀ ਰਾਤ ਦੀ ਆ ਮਾਸੀ ਵੀ ਕੱਲ ਕੱਲ ਤੋਂ ਨਾਲ ਹੀ ਆ ਗਿਆ ਮਿਲਿਆ ਨਹੀਂ ਨਾ ਹਾਏ ਉਹ ਭਾਬੀ ਚ ਮੈਂ ਲੈ ਕੇ ਛੱਡ ਜੋ ਅੰਦਰ ਕੀ ਆਪਣਾ ਦੇ ਅੰਦਰ ਨੂੰ ਛੱਡ ਜੋ ਤੇ ਆ ਜੂਗੀ ਰਾਤ ਨੂੰ ਨਹੀਂ ਰਾਤ ਨੇ ਰਬੜਾ ਜਾਣਾ ਮੁੜ ਕੇ ਹਾਂਜੀ ਵਿਚਾਰਾ ਭੂਗੀ ਭਾਬੀ ਨੂੰ ਇੱਕ ਬਾਏ 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 ਕਰ ਦੋ ਬਾਏ ਅਵ ਬਾਏ ਕਰ ਦੋ तेन छड के हम चले सारे जने तैयारी है हम तैयारी जी लग जूगा जाके नहीं लगूगा है ना अनहद ला जा ना अनहद ला दूगी जी चल कोई नहीं रोजदा नहीं हम वीडियो कॉल तो सौखा है हम आना झट झट बंदा मिल जाता वीडियो कॉल से चल पुत बाय कर लो मासी ਅਨੰਦ ਵੇਲਾ ਤੇਰੇ ਫਰੈਂਡ ਚ ਵੀ ਚੱਲ ਕੇ ਸਾਰੇ ਹਨਾ ਹੋਵੇ ਚਲੋ ਚੱਲੀਏ ਫਿਰ ਆਪਾਂ ਬਾਏ ਬਾਏ ਲਓ ਜੀ ਆਪਾਂ ਅਵਲ ਨੂੰ ਮਿਲ ਕੇ ਆ ਗਏ ਆ ਵਾਪਸ ਹਨਾ ਅਨਹਦ ਦਾ ਹੁਣ ਜੀਨ ਲੱਗਣ ਡਿਆ ਅਵਲ ਨੂੰ ਦੋ ਵਾਰੀ ਵੀਡੀਓ ਕਾਲ ਕਰ ਲਈ ਅਨਹਦ ਨੇ ਆ ਵੇਖੋ ਅਨਹਦ ਅਜੇ ਵੀ ਵੇਖਣ ਡਿਆ ਕਸੂਤੀ ਡਿਗਰੀ ਲੱਗਾ ਹੋਵੇ ਹੁਣ ਸਟਾਪ ਕੀਤਾ ਹੈਗਾ ਤੇ ਇਹਦੇ ਨਾਲ ਹੀ ਹੁਣ ਥੋੜਾ ਜਿਹਾ ਅਨਹਦ ਦਾ ਦਿਲ ਲੱਗਾ ਨਹੀਂ ਤੇ ਕਹੀ ਜਾਂਦੀ ਅਵਲ ਕੋ ਜਾਣਾ ਅਵਲ ਕੋ ਜਾਣਾ ਹੈਨਾ ਅਨਹਦ ਨੇ ਕਸੂਤੀ ਡਿਗਰੀ ਨੇ ਅਨਹਦ ਦਾ ਟਾਈਮ ਪਾਸ ਕਰ ਦਿੱਤਾ ਹੈਨਾ ਅਨਹਦ ਮੈਂ ਤੀਜੀ ਵਾਰ ਵੇਖ ਲਿਆ ਤੀਜੀ ਚਾਹ ਤੀਜੀ ਵਾਰੀ ਵੇਖ ਲਿਆ ਅਨਹਦ ਨੇ ਵਧੀਆ ਹੈਨਾ ਚੱਲ ਅਨਹਦ ਹੁਣ ਅਵਲ ਨੇ ਚੱਲ ਜਾਣਾ ਕੋਈ ਨਹੀਂ ਹੁਣ ਗੁਰਨਵਾਜ ਦੇ ਨਾਲ ਖੇਡਿਆ ਕਰਾਂਗੇ ਹੈਨਾ ਹੁਣ ਗੁਰਨਵਾਜ ਨੇ ਵੱਡਾ ਹੋ ਜਾਣਾ ਨਜ਼ਰ ਨੂੰ ਉਹਨੇ ਅਵਲ ਵਾਂਗੂ ਡੈਵਣਾ ਸਤਾਨੀਆਂ ਕਰ ਹੈਨਾ ਉਹਨੇ ਅਵਲ ਵਾਂਗੂ ਵੱਡਾ ਹੋਣਾ ਵੀ ਜਿੱਡਾ ਫਿਰ ਉਹਨੇ ਸਤਾਨੀਆਂ ਕਰਨ ਡੈਵਣਾ ਹੈਨਾ ਫਿਰ ਉਹਨੇ ਤੇਰੇ ਨਾਲ ਲੜਾਈ ਕਰਨਾ ਅੱਜ ਅਵਲ ਮੇਰੇ ਲਾਸਟ ਵਾਲਾ ਬਾਲ ਪੁੱਟੇ ਤੇ ਮੈਂ ਵੀ ਅੱਜ ਉਹਨੂੰ ਲਾਸਟ ਵਾਰ ਚਪੇੜ ਮਾਰੀ ਹਾਂ ਉਹਦੇ ਪਿਆਰ ਦੀ ਚਪੇੜ ਸੀ ਨਾ ਤੇ ਹੁਣ ਮੈਂ ਚੱਲਿਆ ਆ ਉਹਨਾਂ ਨੂੰ ਲੈਣ ਉੱਥੋਂ ਘਰੋਂ ਫਿਰ ਲੈ ਕੇ 에어ਪੋਰਟ ਤੇ ਰਾਤ ਛੱਡ ਕੇ ਤੇ ਫਿਰ ਮੈਂ ਆ ਜਾਊਗਾ ਬਾਪ ਮੇਰੇ ਕੋਲ ਲੈ ਆਓ ਰਾਤ 에어ਪੋਰਟ ਤੋਂ ਦਿੱਲੀ ਕਿ ਲੈ ਗਿਆ ਸੈਂਡਵਿਚ ਲੈ ਆਇਆ 에어ਪੋਰਟ ਤੋਂ ਸੈਂਡਵਿਚ ਜਾ ਰਾਤ ਸੌਣਾ ਕਿ ਸੈਂਡਵਿਚ ਖਾਣਾ ਹੀ ਸਵੇਰੇ ਲਿਆ ਦੂੰਗਾ ਮੈਂ ਜੋ ਖਾਣਾ
ਰਾਤ ਥੋੜੀ ਹੋਣੀ ਬਸ ਮੈਂ ਉਹਨੇ ਜਰ ਤੱਕ ਜਾਗਦੀ ਰਹੂੰਗੀ ਜੇ ਤੁਸੀਂ ਨਹੀਂ ਹੋਗੇ ਚਲ ਠੀਕ ਹੈ ਮੈਂ ਆ ਜਾਣਾ ਸਵੇਰੇ 4 ਵਜੇ 4 ਵਜੇ ਹਾਂ ਇੱਥੋਂ 10 ਮਿੰਟ ਦਾ ਰਸਤਾ ਸਾਰਾ 에어ਪੋਰਟ ਦਾ 4 ਵਜੇ ਫਲਾਈਟ ਉੱਡਣੀ ਉਹਨਾਂ ਦੀ 3 ਵਜੇ ਆ ਜਾਊਂਗਾ ਮੈਂ ਜਦੋਂ ਐਂਟਰੀ ਉੰਟਰੀ ਕਰ ਦੇਣਗੇ ਅੰਦਰ ਜਦੋਂ ਵੇਟ ਵੋਟ ਸਾਰਾ ਕੁਝ ਕਲੀਅਰ ਹੋਗਾ ਫਿਰ ਮੈਂ ਆ ਜਾਊਂਗਾ ਬਸ ਜਲਦੀ ਵੀਡੀਓ ਬਣਾਇਆ ਪਲੀਜ਼ ਚਲ ਠੀਕ ਹੈ ਚਲ ਫਿਰ ਹੁਣ ਮਿਲਦੇ ਆ 에어ਪੋਰਟ ਤੇ ਜਾ ਮੈਂ ਆ ਗਿਆ ਅਵਲ ਕੋਲ ਤੇ ਹੁਣ ਇਸ ਟਾਈਮ ਟਾਈਮ ਹੋ ਗਿਆ ਆ 11 ਹਨਾ ਅਵਲ 11 ਵਜ ਗਏ ਹਨਾ ਤੇ ਆਪਾਂ 1 ਵਜੇ ਤੁਰ ਪੈਣਾ ਹਨਾ 2 ਘੰਟੇ ਰਹਿ ਗਏ ਬਸ ਤੇਰੇ ਹੋਰ ਇੱਥੇ ਘਰੇ ਫਿਰ ਉਸ ਤੋਂ ਬਾਅਦ 에어ਪੋਰਟ ਤੋਂ ਸਿੱਧੀ ਫਲਾਈਟ ਤੇਰੀ ਜਾਊਗੀ ਜਰਮਨੀ ਹਨਾ ਕਿਵੇਂ ਲੱਗਾ ਫਿਰ ਇੰਨਾ ਚਿਰ ਰਹਿ ਕੇ ਸਾਡੇ ਕੋਲ ਮਜ਼ਾ ਆਇਆ ਵਧੀਆ ਲੱਗਾ ਹੈ ਡੱਡੂ ਚੰਦ ਵੀ ਅਵਲ ਚਲੋ ਜੀ ਤੁਰੇ ਚਲੋ ਚਲੋ ਆ ਗਏ ਮਿਲਦੇ ਹੁਣ 에어ਪੋਰਟ ਤੇ ਲੋ ਵੀ ਤਿਆਰੀ ਹੋ ਗਈ ਅਵਲ ਦੀ ਮੰਮਾ ਦੀ ਹੁਣ ਵਾਪਸੀ ਦੀ ਜਰਮਨ ਦੀ ਅਵਲ ਸੁੱਤਾ ਆ ਟਾਈਮ ਹੋ ਗਿਆ ਹੁਣ ਰਾਤ 1 ਵਜੇ ਦਾ ਮਿਲਦੇ ਹਾਂ 에어ਪੋਰਟ ਤੇ ਇਹਨਾਂ ਨੂੰ ਕਰਦੇ ਹਾਂ ਸੀ ਆਫ ਚਲੋ ਜੀ ਆ ਜਾਓ ਮਿਲਦੇ ਹਾਂ ਅਵਲ ਚੰਗਾ ਸੁੱਤਾ ਜੀ ਅੱਜ ਹੈਲੋ ਅਵਲ ਹੈਲੋ ਗੁੱਡ ਮਾਰਨਿੰਗ ਓਹ ਹੋ ਆਇਆ ਮੇਰੇ ਪੁੱਤੂ ਅਵਲ ਦਾ ਜੀ ਨਹੀਂ ਕਰਦਾ ਜਾਣ ਨੂੰ ਹਨਾ ਅਵਲ ਮੇਰੇ ਪੁੱਤੂ ਆਹ 에어ਪੋਰਟ ਤੇ ਆ ਗਏ ਆਪਾਂ ਅਵਲ ਦੇਖੇ ਇੱਥੇ ਲੈ ਕੇ ਗਏ ਤੈਨੂੰ ਮੈਂ ਯਾਦ ਹੈ ਹੈ ਰੋਨਾ ਹਨਾ ਉਦੋਂ ਹੀ ਜਦੋਂ ਆਇਆ ਤਾਂ 4.5 ਮਹੀਨੇ ਦੇ ਓ ਅਵਲ ਤੇਰਾ ਸਮਾਨ ਚੱਲ ਗਿਆ ਸਾਰਾ ਹੀ ਹੈ ਅਵਲ ਦੱਸਦੇ ਨੀ ਆਵੇ ਉਹ ਲਿਖ ਕੇ ਲਾਇਆ ਨਾ ਵੀ ਇੱਥੇ ਗੱਡੀ 5 ਮਿੰਟ ਤੋਂ ਵੱਧ ਨਹੀਂ ਲਾ ਸਕਦੇ ਆਪਾਂ ਹਨਾ ਪਾਰਕਿੰਗ ਚ ਲਾਈਏ ਫਿਰ ਉਹ ਕਿੱਥੇ ਤਿਆਰੀ ਅਵਲ ਖੁਸ਼ ਹੋ ਗਿਆ 에어ਪੋਰਟ ਤੇ ਆਣ ਕੇ ਘਰੇ ਤਾਂ ਰੋਈ ਜਾਂਦਾ ਹਨਾ ਹੁਣ ਖੁਸ਼ ਹੋ ਗਿਆ ਗਰਾਉਂਡ ਵਿੱਚ ਅਜੇ ਅਵਲ ਨੂੰ ਪਤਾ ਨਹੀਂ ਲੱਗਣ ਡਿਆ ਅਜੇ ਹਨਾ ਉਹਨੂੰ ਤੈਨੂੰ ਯਾਦ ਹੈ ਤੈਨੂੰ ਮੈਂ ਇੱਥੋਂ 에어ਪੋਰਟ ਤੋਂ ਲੈ ਕੇ ਗਿਆ ਹਾਂ ਉਦੋਂ ਤੂੰ ਨਿੱਕੂ ਜਾਂਦਾ ਹਾਂ ਨਿੱਕੂ ਜਾ ਓ ਚੀਜ਼ੀ ਖਾ ਲਓ ਚੀਜ਼ੀ ਉਦੋਂ ਤੂੰ ਅਵਲ ਨਿੱਕੂ ਜਾਂਦਾ ਹਾਂ ਨਿੱਕੂ ਜਾ ਬੜਾ ਰੋਇਆ ਹਾਂ ਜਦੋਂ 에어ਪੋਰਟ ਤੋਂ ਉਤਰਿਆ ਤੈਨੂੰ ਯਾਦ ਹੈ ਹਨਾ ਬੜਾ ਨਿੱਕੂ ਜਿਹਾ ਸੀ ਉਦੋਂ ਅਵਲ ਅੱਜ ਫਿਰ ਵੇਖ ਲਾ ਮੈਂ ਤੈਨੂੰ ਛੱਡਣਾ 에어ਪੋਰਟ ਦੇ ਉੱਪਰ ਖੁਸ਼ ਹੈ ਅੱਜ ਅਵਲ ਹਨਾ ਆਵੇ 에어ਪੋਰਟ ਆਪਣਾ ਅੰਮ੍ਰਿਤਸਰ ਦਾ ਆਵੇ ਹਨਾ ਬਾਏ ਬਾਏ ਕਰਦੇ ਮਾਸੀ ਨੂੰ ਤੇ ਦੀਦੀ ਨੂੰ ਬਾਏ ਕਰਦੇ ਹੁਣ ਬਾਏ ਬਾਏ ਅਮਨ ਦੀ ਚਾਰ ਚਲ ਚਲ ਬਾਏ ਕਰ ਚਲ ਬਾਏ 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 ਅਮਨ ਬਾਏ ਅਵਲ ਐਂਟਰੀ ਹੋ ਗਈ ਤੇਰੀ ਅਵਲ ਸਤਿ ਸ਼੍ਰੀ ਅਕਾਲ ਬਾਏ 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 ਇਹ ਹੁਣ ਟਾਈਮ ਹੋ ਗਿਆ 2 ਵੱਜ ਗਏ ਤੇ 16 ਮਿੰਟ ਅਵਲ ਨੂੰ ਮੈਂ 에어ਪੋਰਟ ਤੇ ਡਰੌਪ ਕਰ ਰਿਹਾ ਤੇ ਹੁਣ ਇਸ ਟਾਈਮ ਤੇ ਅਨਹਦ ਵੀ ਉੱਠ ਗਈ ਆ ਨਾਲ ਹੀ ਮੰਮਾ ਦੇ ਹੁਣ ਮੈਂ ਕਿਹਾ ਗੇਟ ਖੋਲਣ ਨੂੰ ਫੋਨ ਕੀਤਾ ਤੇ ਨਾਲ ਹੀ ਅਨਹਦ ਉੱਠ ਗਈ ਆ ਜੇ ਸਵੇਰ ਦਾ ਮੈਨੂੰ ਆਖੀ ਜਾਂਦੀ ਪਾਪਾ ਜੀ ਮੈਂ 에어ਪੋਰਟ ਤੇ ਜਾਣਾ ਆ ਤੇ ਪਰ ਮੈਂ ਹੀ ਨਹੀਂ ਇਹਨੂੰ ਲੈ ਕੇ ਗਿਆ ਰਾਤ ਹਨੇਰਾ ਬਹੁਤ ਜ਼ਿਆਦਾ ਸੀ ਇਹ ਵੇਖੋ ਟਿੱਡੂ ਹੈਲੋ ਸੁੱਤਾ ਨਹੀਂ ਤੂੰ ਯਾਰ ਅਜੇ ਤੱਕ ਸੌ ਗਿਆ ਸੀ ਹੁਣ ਫਿਰ ਉੱਠਿਆ ਦੁਪਹਿਰੇ ਅਵਲ ਨਾਲ ਗੱਲ ਹੋ ਗਈ ਅੱਛਾ ਵੈਰੀ ਗੁੱਡ ਟਾਈਮ ਪਤਾ ਕਿੰਨਾ ਹੋਇਆ ਤੈਨੂੰ 2:15 ਹੋ ਗਏ ਹੈ ਹਾਂਜੀ ਅਵਲ ਨੂੰ ਮੈਂ ਚੜਾਇਆ ਨਾ 에어ਪੋਰਟ 'ਤੇ ਛੱਡ ਆਇਆ
चार बजे की फ्लाइट है तो हूँ फिर आप एंट्री हो गई। हाँ मिलते हैं अगलिया वीडियो दे विच ते साडे अज दे ब्लॉग नू लाइक करे हो सब्सक्राइब बाय।